इस नौजवान दुकानदार नूं गोली लगी है पर पूरी रात इस नूं एक्टिवा दे उत्ते घुमांदे रहे इसके साथी पर इसकी जान नहीं बची। इस नूं गोली तां लुटेरियां ने मारी पर इसका कतल सिस्टम ने किया। इन्हां तस्वीरां च देख सकते हो कि यह शख्स अपने पैरां ते चल के कदी अस्पताल च इधर जा रहा ते कदी उधर, साथी मदद कर रहे ने पर की लगता है कि इस शख्स की जिंदगी देन दे उजाले दे नाल ही खत्म हो जाएगी। पर अजिहा ही होया, इसका कतल लुटेरिया ने कट सिस्टम ने ज़्यादा किया क्योंकि समय सर इलाज नहीं मिलिया। तो अज जो इस अंतिम संस्कार के वेले जलंधर सेंट्रल के विधायक रजिंदर बेरी पहुँचे तो लोगों ने सवालों की बुछार कर दी। तुम आप ही देख लो मौके पर की कुछ होया। दैनिक भेल पंजाबी टीवी ले जलंधर तो रोहित मदान की रिपोर्ट। भाई किसी ने फर्स्ट एड नहीं दी जी, फर्स्ट एड भाई एम्बुलेंस नहीं मिली और किस तो दूर की जाने एक्टिवा ले लिया के घूमे जिन्नी देर कोई आश्वासन नहीं देगी। ਮੇਰੇ ਸਭ ਕੀ ਕਹਿਣਾ ਚਾਹੁੰਦੇ ਆ? ਪੁਲਿਸ ਕਹਿੰਦੀ ਆਈਡੈਂਟੀਫਾਈ ਕਰ ਲਈ ਆ, ਪਤਾ ਨਹੀਂ ਕੀ ਕੀਤਾ ਕਿ ਨਹੀਂ ਕੀਤਾ। ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ, ਜਿੰਨੀ ਦੇਰ ਅਸੀਂ ਝੰਡਾ ਨਹੀਂ ਚੱਕਾਂਗੇ ਕੱਖ ਨਹੀਂ ਹੋਣਾ ਜੀ। ਮੇਰੇ ਸਭ ਉਹਨਾਂ ਦੇ ਸਵਾਲ ਦਾ ਜਵਾਬ ਦੇ ਕੇ ਸਾਰਿਆਂ ਨੇ ਚਲੇ ਜਾਣਾ, ਕਿਸੇ ਨੇ ਕੁਛ ਨਹੀਂ ਕਰਨਾ ਜੀ। ਮੇਰੇ ਸਭ ਗਿਆ ਬੱਚਾ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਨਹੀਂ, ਭਾਈ 2 ਮਹੀਨੇ ਦਾ ਬੱਚਾ ਹੋਗਾ, 2 ਮਹੀਨੇ ਦਾ ਬੱਚਾ ਖਤਮ ਹੋ ਗਿਆ, ਖਤਮ ਹੋ ਗਿਆ ਬਿਲਕੁਲ। ਭਾਈ ਉਹ ਪਰਿਵਾਰ ਦਾ ਕੱਲਾ ਕੱਲਾ ਹੋਈ ਸੀ ਕਮਾਨ ਵਾਲਾ, ਪਤਾ ਸਰ ਸਾਡੇ ਨਾਲ ਹੀ ਸੀ, ਨਾਲ ਹੀ ਸੀ ਭਾਈ। ਬਹੁਤ ਮਾੜੀ ਗੱਲ ਹੈ, ਸਵਾਲ ਪੁੱਛ ਰਹੇ ਨੇ ਸਿਵਲ ਲੈ ਕੇ ਗਏ ਸੀ ਤੇ ਸਿਵਲ ਵਾਲਿਆਂ ਨੇ ਸਾਡੇ ਕੋਲ ਲਾਜ ਹੀ ਨਹੀਂ ਹੈ, ਸਿਵਲ ਕਾਹਦੇ ਵਾਸਤੇ ਹੁੰਦੇ? ਸਿਵਲ ਕੁਛ ਵੀ ਨਹੀਂ, 4 ਘੰਟੇ ਪੋਸਟਮਾਰਟਮ ਨੂੰ ਲੱਗਿਆ ਜੀ, 4 ਘੰਟੇ ਜਿਹੜੇ ਸਿਵਲ ਹਸਪਤਾਲ ਬਣੇ 4 ਘੰਟੇ ਪੋਸਟਮਾਰਟਮ ਨੂੰ 10 ਵਜੇ ਗਏ ਹੋਏ ਆ ਜੀ ਤੇ 3-4 ਵਜੇ ਡੈਡ ਬੋਡੀ ਬਾਹਰ ਆਈ ਹੈ ਜੀ। ਉਹਨਾਂ ਕੋਲ ਡਾਕਟਰ ਦੀ ਸਟ੍ਰਾਈਕ ਹੈ ਜੀ, ਅੱਜ ਡਾਕਟਰ ਨਹੀਂ ਆਇਆ ਜੀ, ਅਜੇ ਨਹੀਂ ਹੈ ਜੀ। ਮੇਰੇ ਸਾਹਿਬ ਮੌਜੂਦਾ ਸਰਕਾਰ ਦੇ MLA ਤੁਸੀਂ ਪਰ ਉਹਨਾਂ ਨੇ ਕੋਈ ਗੱਲ ਮੇਰੀ ਵੀ ਨਹੀਂ ਸੁਣੀ। ਉਸ ਤੋਂ ਬਾਅਦ ਸਿਵਲ ਹਸਪੀਟਲ ਮੈਂ ਗੱਲ ਕੀਤੀ ਹੈ, ਉੱਥੇ ਡਾਕਟਰ ਗਗਨ ਸੀਗੇ ਜੀ, ਡਾਕਟਰ ਗਗਨ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਜੀ ਮੈਂ ਕਰ ਰਿਹਾ ਵਾਂ। ਫਿਰ ਉਹਨਾਂ ਨੇ ਕਿਹਾ ਕਿ ਬੱਚੇ ਦੀ ਬੜੀ ਕ੍ਰਿਟੀਕਲ ਸਟੇਜ ਹੈ, ਇਸ ਹਾਲਾਤ ਦੇ ਵਿੱਚ ਅਸੀਂ ਇਸ ਬੱਚੇ ਨੂੰ ਨਹੀਂ ਸੰਭਾਲ ਸਕਦੇ। ਫਿਰ ਉਹਨਾਂ ਨੇ ਸ਼ਾਇਦ ਜੋਲ ਹਸਪੀਟਲ ਟ੍ਰਾਂਸਫਰ ਕੀਤਾ ਗਿਆ, ਉਹਨਾਂ ਨੇ ਗਗਨ ਬਿਲਕੁਲ ਝੂਠ ਬੋਲ ਰਿਹਾ, ਉਹਨਾਂ ਨੇ ਕੁਛ ਨਹੀਂ ਕੀਤਾ, ਉਹਨਾਂ ਕੋਲ ਹੈ ਹੀ ਕੁਛ ਨਹੀਂ, ਹਸਪਤਾਲ ਨੇ ਬੂਚੜਖਾਨਾ ਹੈ। ਫਿਰ ਉਸ ਤੋਂ ਬਾਅਦ ਅਭਿਸ਼ੇਕ ਵਰਾਂ ਦਾ ਨੰਬਰ ਬੰਦ ਹੋ ਗਿਆ ਜਾਂ ਉਹਨਾਂ ਦੀ ਬੈਟਰੀ ਖਤਮ ਹੋ ਗਈ, ਉਸ ਤੋਂ ਬਾਅਦ ਮੈਂ ਫਿਰ ਟਰਾਈ ਕਰਦਾ ਰਿਹਾ, ਪਰ ਮੈਨੂੰ ਇਹ ਪਤਾ ਲੱਗਾ ਕਿ ਪਟੇਲ ਹਸਪੀਟਲ। ਫਿਰ ਉਸ ਤੋਂ ਬਾਅਦ ਲੈ ਕੇ ਗਏ ਆ ਪਟੇਲ ਹਸਪੀਟਲ ਵਾਲਿਆਂ ਨੇ, 2-3 ਘੰਟੇ ਘੱਟੋ ਘੱਟ 40-50 ਵਰਕਰ ਸਾਡੇ ਸਮਾਜ ਦੇ ਉੱਥੇ ਸੀਗੇ, ਮੈਂ ਖੁਦ ਉੱਥੇ ਸੀ, ਸਾਡੇ ਆਪਣੇ ਬੱਚੇ ਉੱਥੇ ਸੀ।
ਇਹ ਸਾਡਾ ਇਹ ਤਾਂ ਹਸ਼ਰ ਹੋਇਆ ਅਗਰ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਮੀਆਂ ਬੀਬੀ ਹੋਣ ਇਕੱਲੇ ਦੋ ਜਣੇ ਜੀ ਆਦਮੀ ਹੋ ਜਾਏ ਬਿਮਾਰ ਉਹਦੇ ਨਾਲ ਇਹ ਹਾਦਸਾ ਹੋ ਜਾਏ ਜਨਾਨੀ ਹੋਵੇ ਇਕੱਲੀ ਕਿ ਉਹ ਇਲਾਜ ਕਰਵਾ ਸਕਦੀ ਸਾਡੇ ਸ਼ਹਿਰ ਚ ਨਹੀਂ ਕਰਵਾ ਤਿੰਨ ਵਾਰੀ ਘਰੋਂ ਪੈਸੇ ਮੰਗਵਾਏ ਜਵਾਬ ਦਿਓ ਫਿਰ ਕਿੱਥੇ ਜਾਊਗੀ ਇਕੱਲੀ ਜਨਾਨੀ अगर कल्ली जनानी होवे इलाज करवा सकदी है किसी कीमत नहीं करवा सकदी डेड बॉडी लेके जाएगी अगर असि 60 बंदे डेड बॉडी लेके ना वह कल्ली भी डेड बॉडी लेके जाएगी ओहदा इलाज नहीं होना सानू उन्होंने कहा 4 यूनिट असि 8 यूनिट उन्होंने उस टाइम दिते है ब्लड असि सब जान के अरेंज करके दिता है अस्पताल कोल है की है कहंदे ओथे नहीं है बाहर लियाओ समाज के लेवल ते चकना सिटी लेवल ते चकना हुण लड़ाई साडी सरकार नाल है कोई होर किसे नाल नहीं अस्पतालां नाल नहीं जी क्यों अस्पताल सिद्धे नहीं होने जिन्नी सरदार सरकार उन्होंने नहीं छेड़दी पंडित एम के शर्मा फीस नहीं इनाम लवांगा धोखा नहीं कम करांगा माता रानी ने चाहिया ता खून दे हंजू नहीं आन देवांगा पंडित मौलवी तो विश्वास खो चुके एक बार जरूर अजमाओ पंडित एम के शर्मा प्रेमी प्रेमिका नु मिलाना सोतन दुश्मन तो छुटकारा विदेश यात्रा च रुकावट माता पिता नु मनाना एक बार मिलाओ फोन ते जरूर अजमाओ अपनी किस्मत करो संपर्क 97793995956